ਪੱਤਿਆਂ ਦਾ ਸੱਪ। ਸਮੱਗਰੀ: ਨਾਰੀਅਲ ਦੇ ਦੋ ਲੰਮੇ ਪੱਤੇ। ਤੁਸੀਂ ਨਾਰੀਅਲ ਦੇ ਪੱਤਿਆਂ ਦਾ ਹਰਾ ਸੱਪ ਬਣਾ ਸਕਦੇ ਹੋ। ਦੋਹਾਂ ਪੱਤਿਆਂ ਦੇ ਕਿਨਾਰਿਆਂ ਨੂੰ ਇੱਕ ਦੂਜੇ ਨਾਲ ਜੋੜ ਕੇ ਰੱਖੋ ਅਤੇ ਪੱਤਿਆਂ ਨੂੰ ਇੱਕ ਦੂਜੇ ਦੇ ਉੱਪਰ ਮੋੜਦੇ ਜਾਓ। ਪੱਤਿਆਂ ਦੇ ਖਤਮ ਹੋਣ ਤੱਕ ਇਹ ਕ੍ਰਮ ਜਾਰੀ ਰੱਖੋ। ਅੰਤ ਵਿੱਚ ਕਿਨਾਰਿਆਂ ਨੂੰ ਇੱਕ ਪੇਪਰ ਕਲਿੱਪ ਨਾਲ ਜੋੜ ਦਿਓ। ਹੁਣ ਪੱਤੇ ਨਹੀਂ ਖੁੱਲ੍ਹਣਗੇ। ਇਸ ਦਾ ਮੋਟਾ ਭਾਗ ਸੱਪ ਦਾ ਸਰੀਰ ਬਣ ਜਾਵੇਗਾ ਅਤੇ ਪਤਲਾ ਭਾਗ ਸੱਪ ਦੀ ਪੂਛ ਬਣ ਜਾਵੇਗਾ। ਇੱਕ ਹੋਰ ਪੱਤਾ ਇਸ ਦੀ ਪੂਛ ਨੂੰ ਪੂਰਾ ਕਰਨ ਲਈ ਲਗਾਓ। ਇਸੇ ਤਰ੍ਹਾਂ ਹੋਰ ਪੱਤਿਆਂ ਨਾਲ ਕੋਬਰਾ ਸੱਪ ਦਾ ਫਨ ਬਣਾਓ ਅਤੇ ਉਸਦੇ ਸਰੀਰ ਨਾਲ ਜੋੜ ਦਿਓ। ਹੁਣ ਕੋਬਰਾ ਸੱਪ ਆਪਣੇ ਪੂਰੇ ਰੋਹ ਨਾਲ ਖੜਾ ਹੈ। ਇਸਦੇ ਫਨ ਨਾਲ ਇੱਕ ਧਾਗਾ ਬੰਨੋ ਅਤੇ ਇਸ ਨਾਲ ਖੇਡੋ। ਇਹ ਸੱਪ ਨਾ ਤਾਂ ਜ਼ਹਿਰੀਲਾ ਹੈ ਅਤੇ ਨਾ ਹੀ